यह नाभा ब्लॉक का लोहार माजरा गांव है। यह गांव एमी विरक के नाम से मशहूर है क्योंकि एमी विरक इसी गांव के मूल निवासी है और अब यह गांव इतना मशहूर हो गया है कि इस गांव में सभी लोहार माजरा है। पंजाबी गायक और अभिनेता एमी विरक के पिता कुलजीत सिंह को ग्रामीणों ने समिति के साथ मिलकर सरपंच चुना है। बहुत धन्यवाद करदा जिन्होंने मैनूं 5 साल वास्ते सेवा दित्ती है। तनदेही नाल इह सेवा मैं निभाउणी चाहुंदा, निभावांगा। ਕਿਵੇਂ ਆਇਆ ਮਨ ਦੇ ਵਿੱਚ ਤੁਸੀਂ? ਉਹਦੇ ਪਿੰਡ ਦੇ ਮਨ 'ਚ ਆਇਆ, ਮੇਰੇ ਮਨ 'ਚ ਕੋਈ ਨਹੀਂ ਆਇਆ। ਪਿੰਡ ਨੇ ਮੈਨੂੰ ਸੇਵਾ ਦਿੱਤੀ ਹੈ, ਮੇਰੇ ਮਨ ਦੀ ਇੱਛਾ ਨਹੀਂ ਇਹ ਵੀ ਮੈਂ ਸਰਪੰਚ ਬਣਿਆ। ਸਰਪੰਚ ਮੇਰਾ ਪਿੰਡ ਹੈ, ਮੈਂ ਕੋਈ ਸਰਪੰਚ ਨਹੀਂ, ਸਰਪੰਚ ਪਿੰਡ ਹੈ। ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਬੇਟੇ ਨਾਲ ਗੱਲ ਹੋਈ, ਉਹਨਾਂ ਨੇ ਕੀ ਕਿਹਾ? ਫਿਰ ਜਾਂ ਤੁਸੀਂ ਦੱਸਿਆ ਉਹਨਾਂ ਨੂੰ ਵੀ ਪਿੰਡ ਦੇ ਸਾਰੇ ਸਰਪੰਚ ਮੈਨੂੰ ਚੁਣਨਾ ਚਾਹੁੰਦੇ? ਬੇਟੇ ਨੇ ਵੀ ਪਿੰਡ ਦਾ ਧੰਨਵਾਦ ਹੀ ਕੀਤਾ ਵੀ ਜੋ ਪਿੰਡ ਨੇ ਸੇਵਾ ਦਿੱਤੀ ਹੈ, ਪਿੰਡ ਨੂੰ ਆਪਾਂ ਨਿਭਾਵਾਂਗੇ, ਪਿੰਡ ਨੂੰ ਨਾਲ ਲੈ ਕੇ। ਜੋ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਵੀ ਕੋਈ ਗਰਾਂਟਾਂ ਵਗੈਰਾ ਆਉਣਗੀਆਂ, ਉਹ ਪਿੰਡ ਜਿਵੇਂ ਜਿਵੇਂ ਲੱਗਣਗੀਆਂ ਲਾਵਾਂਗੇ। ਜੇ ਕੋਈ ਵੱਧ ਘੱਟ ਹੋਏਗੀ ਤਾਂ ਆਪਦੇ ਕੋਲੋਂ ਪੂਰੀਆਂ ਕਰਾਂਗੇ। ਮੈਂ ਤਾਂ ਕਹਿੰਦਾ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ। ਜਿਹੜਾ ਇਤਫਾਕ ਏਕੇ ਦੇ ਵਿੱਚ ਜੋ ਪਿਆਰ ਹੈ ਉਹ ਕਿਤੇ ਨਹੀਂ ਮਿਲਦਾ। ਜੋ ਏਕਾ ਹੋਵੇਗਾ ਉੱਥੇ ਸਭ ਕੁਛ ਹੀ ਹੈ। ਜਿਸ ਪਰਿਵਾਰ ਦੇ ਵਿੱਚ, ਜਿਸ ਪਿੰਡ ਦੇ ਵਿੱਚ, ਜਿਸ ਇਤਫਾਕ ਹੈ ਉੱਥੇ ਸਭ ਕੁਛ ਹੈ। ਜਿੱਥੇ ਵੈਰ ਵਿਰੋਧ ਉੱਥੇ ਕੁਛ ਨਹੀਂ। ਤੁਸੀਂ ਕੀ ਹੋਰ ਵੀ ਪਿੰਡਾਂ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਇਸ ਬਾਰੇ? ਮੈਂ ਸਭ ਪਿੰਡਾਂ ਨੂੰ ਇਹੀ ਕਹਿੰਦਾ ਵੀ ਜਿੱਥੋਂ ਤੱਕ ਵੀ ਹੋ ਸਕੇ ਸੰਮਤੀ ਕਰਕੇ ਇੱਕ ਨੁਮਾਇੰਦਾ ਇਹੋ ਜਿਹਾ ਚੁਣੋ ਜਿਹੜਾ ਕਿ ਪਿੰਡ ਨੂੰ ਅੱਗੇ ਲੱਗ ਕੇ ਬੁਲੰਦੀਆਂ ਤੱਕ ਲਿਜਾ ਸਕੇ। ਕਿੰਨੀ ਵੋਟ ਕਿੰਨੀ ਹੈ ਪਿੰਡ ਦੀ ਟੋਟਲ? ਸਾਡੇ 450 ਵੋਟ ਹੈ। ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰੋਗੇ? ਪਿੰਡ ਦੇ ਕੰਮ ਤਾਂ ਬਹੁਤ ਸਾਰੇ ਪਏ ਨੇ। ਨਾ ਤਾਂ ਬੱਚਿਆਂ ਦੇ ਖੇਡਣ ਲਈ ਕੋਈ ਇੱਥੇ ਗਰਾਊਂਡ ਹੈ, ਨਾ ਕਿਸੇ ਬੀਬੀਆਂ ਦੇ ਜਾਂ ਬੱਚਿਆਂ ਦੇ ਗੇੜਾ ਦੇਣ ਵਾਸਤੇ ਕੋਈ ਪਾਰਕ ਹੈ। ਅਜੇ ਕੰਮ ਬਹੁਤ ਪਏ ਨੇ ਕਰਨ ਵਾਲੇ, ਜਿਹੜੇ ਕਿ ਜੋ ਸਰਕਾਰ ਕੁਛ ਨਾ ਕੁਛ ਦੇਵੇਗੀ ਤਾਂ ਕਰਾਂਗੇ। ਸਭ ਤੋਂ ਵੱਡਾ ਸਹਿਯੋਗ ਪਿੰਡ 'ਚ ਕਿਹਨਾਂ ਦਾ ਰਿਹਾ ਤੁਹਾਨੂੰ? ਸਾਰੇ ਪਿੰਡ ਦਾ ਸਹਿਯੋਗ ਹੈ। ਮੈਂ ਇੱਕ ਬੰਦੇ ਦਾ ਨਹੀਂ ਕਹਿ ਸਕਦਾ, ਇੱਕ ਬੰਦੇ ਨਾਲ ਕਦੇ ਸੰਮਤੀ ਨਹੀਂ ਹੁੰਦੀ। ਇੱਕ ਬੰਦਾ ਕਿਸੇ ਨੂੰ ਕੋਈ ਚੁਣਨ ਵਾਲਾ ਨਹੀਂ ਹੁੰਦਾ। ਸਾਰਾ ਪਿੰਡ ਇਕੱਠਾ ਹੋਵੇ ਤਾਂ ਇੱਕ ਬੰਦੇ ਦੇ ਸਿਰ 'ਤੇ ਸਿਹਰਾ ਵੱਜਦਾ, ਇੱਕ ਬੰਦਾ ਨਹੀਂ ਬਣ ਸਕਦਾ। ਤੁਹਾਨੂੰ ਵੀ ਪ੍ਰਾਊਡ ਫੀਲ ਆ ਕਿਉਂ ਮਸ਼ਹੂਰ ਪਿੰਡ ਆ ਐਮੀ ਵਿਰਕ ਦੇ ਨਾਂ 'ਤੇ, ਜਿਹੜਾ ਹੈਗਾ ਇਹ ਪੂਰਾ ਪੰਜਾਬ ਵਿੱਚ ਵੀ ਜਿਹੜਾ ਹੈਗਾ ਇਹਦਾ ਨਾਮ ਰੌਸ਼ਨ ਹੋਏਗਾ ਸਰਬਸੰਮਤੀ ਨਾਲ? ਨਹੀਂ, ਪ੍ਰਾਊਡ ਫੀਲ ਤਾਂ ਵੇਖੋ ਜਦੋਂ ਇੱਕ ਪਿੰਡ ਦਾ ਨਾਂ ਪੰਜਾਬ 'ਚ ਨਹੀਂ, ਸਾਰੇ ਨਾਭੇ ਬਲਾਕ 'ਚ ਨਹੀਂ, ਇਕੱਲੇ ਪੰਜਾਬ 'ਚ ਨਹੀਂ, ਇੰਡੀਆ 'ਚ ਨਹੀਂ, ਵਰਲਡ ਦੇ ਵਿੱਚ ਨਾਮ ਹੈ ਪਿੰਡ ਦਾ। ਬੇਟੇ ਕਰਕੇ ਲਾ ਲਓ ਜਾਂ ਜਿਸ ਤਰ੍ਹਾਂ ਵੀ ਲਾ ਲਓ, ਪੂਰੇ ਵਰਲਡ ਦੇ ਵਿੱਚ ਨਾਮ ਹੈ, ਅੱਜ ਇਕੱਲੇ ਪੰਜਾਬ ਦੇ ਵਿੱਚ ਨਹੀਂ। ਪ੍ਰਾਊਡ ਫੀਲ ਤਾਂ ਹੁੰਦਾ ਹੀ ਹੈ ਜਦੋਂ ਇੱਥੋਂ ਤੱਕ ਪੜੇ ਹੋਈਏ। ਪਹਿਲੇ ਨੰਬਰ 'ਤੇ ਤਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਜੋ ਕੰਮ ਹੋਇਆ। ਬਾਕੀ ਪ੍ਰਾਊਡ ਸਾਨੂੰ ਸਾਡੇ ਐਮੀ ਵਿਰਕ ਜੀ ਨੇ, ਮੇਰਾ ਭਤੀਜਾ ਹੀ ਹੈ ਬੇਟਿਆਂ ਦੇ ਥਾਂ, ਉਹਨਾਂ ਦੇ ਡੈਡੀ ਜੀ ਨੂੰ ਸਾਰੇ ਪਿੰਡ ਨੇ ਸਨਮਾਨਿਤ ਕੀਤਾ ਹੈ। ਬਾਕੀ 9 ਉਹਨਾਂ ਦਾ ਰੋਸ਼ਨ ਹੈ, ਪਹਿਲਾਂ ਵੀ ਐਮੀ ਵਿਰਕ ਦਾ, ਅਤੇ ਹੁਣ ਵੀ ਇਹ ਪਿੰਡ ਵੱਲੋਂ ਕਰਨਗੇ। ਇਹਨਾਂ ਨੂੰ ਤਾਂ ਹੀ ਇਸੇ ਕਰਕੇ ਸਰਬਸੰਮਤੀ ਇਹਨਾਂ 'ਤੇ ਕੀਤੀ ਹੈ ਕਿ ਵਧੀਆ ਮਤਲਬ ਕੰਮ ਕਾਰ ਕਰਨਗੇ, ਮੂਹਰੇ ਹੋ ਕੇ ਜੋ ਵੀ ਕਰਨ ਵਾਲਾ ਕਰਾਉਣ ਵਾਲਾ। ਇਹ ਖੁਦ ਆਪ ਵੀ ਅੱਗੇ ਵੀ ਪਹਿਲਾਂ ਕੰਮ ਕਰਾਉਂਦੇ ਨੇ ਨਾ, ਹੁਣ ਵੀ ਇਸੇ ਕਰਕੇ ਇਹਨਾਂ ਨੂੰ ਸੰਮਤੀ ਨਾਲ ਜ਼ਰੂਰਤ ਹੈ ਵੀ ਜੋ ਕੰਮ ਕਾਰ ਕਰਨਗੇ ਆਪਦੀ ਮਰਜ਼ੀ ਨਾਲ, ਮਤਲਬ ਪਿੰਡ ਦਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਨਗੇ ਜੋ ਵੀ ਕੰਮ ਹੋਣਗੇ, ਜਿਵੇਂ ਪਾਰਕ ਬਣਨ ਵਾਲਾ ਸਾਡੇ ਪਿੰਡ, ਗਰਾਊਂਡ ਬਣਨ ਵਾਲਾ ਸਾਡੇ ਪਿੰਡ, ਐਮੀ ਜਿੰਮ ਬੱਚਿਆਂ ਵਾਸਤੇ ਜਿੰਮ, ਐਮੀ ਨੇ ਖੁਦ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਚਾਚਾ ਜੀ ਜਿੰਮ ਵਾਸਤੇ ਜਗ੍ਹਾ ਲੈ ਦਿਓ ਵੀ ਜਿੰਮ ਦਾ ਸਮਾਨ ਰੱਖ ਕੇ ਦਊਂਗਾ ਮੈਂ ਤੁਹਾਨੂੰ ਜਿੰਮ ਬੱਚਿਆਂ ਵਾਸਤੇ ਜਿੰਮ। ਅਸੀਂ ਹੁਣ ਮੈਂ ਐਮੀ ਵਿਰਕ ਨੂੰ ਕਹਾਂਗਾ ਵੀ ਬੇਟਾ
ਹੁਣ ਵੀ ਤੇਰੇ ਡੈਡੀ ਨੂੰ ਸਰਪੰਚ ਬਣਾਤਾ ਅਤੇ ਮੈਨੂੰ ਜਿੰਮ ਦਾ ਸਮਾਨ ਲੈ ਕੇ ਦੇ ਅਤੇ ਜਿੰਮ ਦਾ ਸਮਾਨ ਵੀ ਰਖਵਾਵਾਂਗੇ ਉੱਥੋਂ। ਹਾਂ ਬਾਕੀ ਜਿਵੇਂ ਵੀ ਹੋਊਗਾ ਜੀ ਸਾਰੇ ਕੰਮ ਪਿੰਡ ਦੇ ਵਧੀਆ ਕਰਵਾਵਾਂਗੇ ਜੀ ਸਾਰੇ ਪੰਚਾਇਤ ਰਲ ਕੇ। ਜਿਵੇਂ ਪਿੰਡ 'ਚ ਜਿਹੜੇ ਹੈਗੇ ਪਾਰਟੀ ਦੇ ਤਾਂ ਸਾਰੇ ਦੇ ਨੁਮਾਇੰਦੇ ਨੇ, ਜਿਵੇਂ ਕਾਂਗਰਸ ਹੋ ਗਿਆ, ਅਕਾਲੀ ਹੋ ਗਿਆ, ਆਪ ਹੋਇਆ, ਫਿਰ ਵੀ ਸਰਬਸੰਮਤੀ ਹੋਈ ਆ, ਬਹੁਤ ਵੱਡੀ ਗੱਲ ਆ। ਹਾਂਜੀ ਹਾਂਜੀ, ਕਿਸੇ ਨੇ ਕੋਈ ਇਤਰਾਜ਼ ਨਹੀਂ ਜੀ ਕੀਤਾ ਹੈਗਾ, ਸਾਰੇ ਪਾਰਟੀਆਂ ਇਕੱਠੀਆਂ ਨੇ ਜੀ, ਕੋਈ ਨਹੀਂ ਜੀ, ਸਾਡੇ ਪਿੰਡ 'ਚ ਪਾਰਟੀ ਬਾਜੀ ਨਹੀਂ, ਮਤਲਬ ਇੱਕ ਪਰਿਵਾਰ ਦੇ ਤੌਰ 'ਤੇ ਚੱਲਦੇ ਨੇ ਜੀ ਸਾਰਾ। ਕੀ ਲੱਗਦਾ ਜੇ ਸਾਰੀ ਇਸ ਤਰ੍ਹਾਂ ਤੁਹਾਡੇ ਪਿੰਡ ਵਾਂਗੂ ਸੋਚਣ ਤਾਂ ਵੀ ਲੜਾਈਆਂ ਤਾਂ ਹੋਣਗੀਆਂ ਨਹੀਂ ਅਤੇ ਪਿਆਰ ਵੀ ਵਧੇਗਾ। ਹਾਂ ਜੀ, ਮੈਂ ਤਾਂ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਵੀ ਸਾਰੇ ਸਰਬਸੰਮਤੀ ਨਾਲ ਚੁਣੋ, ਕੋਈ ਲੜਾਈ ਨਾ ਹੋਵੇ, ਕੋਈ ਝਗੜਾ ਨਾ ਹੋਵੇ, ਐਵੇਂ ਵੱਢ ਟੁੱਕ ਕਰਕੇ ਕੋਈ ਜੇਲ੍ਹ 'ਚ ਚਲੇ ਜਾਂਦਾ, ਕੋਈ ਕਿਤੇ ਤੁਰ ਜਾਂਦਾ ਹੈ, ਅਤੇ ਕੋਈ ਨਸ਼ੇ ਕਰਦੇ ਨੇ, ਕੋਈ ਸ਼ਰਾਬਾਂ ਪਿਆਉਂਦੇ ਨੇ, ਜੋ ਫਿਰ ਗਲਤੀ ਹੈ ਜੀ, ਫਿਰ ਨਸ਼ਾ ਵੱਧਦਾ ਜੀ ਇਸ ਕਾਰਨ। ਨਭਾ ਸੇ ਰਾਕੇਸ਼ ਜਿੰਦਲ ਕੀ ਰਿਪੋਰਟ, ਕੈਮਰਾਮੈਨ ਯੁਗਮਾਰਗ ਟੀਵੀ।